ਮੇਰੇ ਸਟੂਡੈਂਟਸ ਆਪਾਂ ਟॉक ਕਰਨਗੇ ਰਾਈਟਿੰਗ ਟਾਸਕ ਮੇਰਾ ਜ਼ਿੰਦਗੀ ਦਾ ਜਿੰਨਾ ਵੀ ਆਇਲਸ ਨੂੰ ਪੜਾਉਣ ਦਾ ਤਜਰਬਾ ਉਹ ਇੱਕ ਗੱਲ ਕਹਿੰਦਾ ਕਿ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਸਭ ਤੋਂ ਬਿਗੇਸਟ ਪ੍ਰੋਬਲਮ ਆਉਂਦੀ ਹੈ ਨਾ ਉਹ ਰਾਈਟਿੰਗ 'ਚ ਆਉਂਦੀ ਹੈ ਰੀਡਿੰਗ 'ਚ ਕਿਤੇ ਨਾ ਕਿਤੇ ਮਾੜਾ ਮੋਟਾ ਤੁੱਕਾ ਮਾਰ ਕੇ ਆਂਸਰ ਹੋ ਜਾਂਦੇਗਾ ਤੁੱਕਾ ਮਾਰ ਕੇ ਵੀ ਟਰੂ ਫਾਲਸ ਇਧਰ ਉਧਰ ਲੰਘ ਜਾਂਦੇ ਨੇ ਪਰ ਰਾਈਟਿੰਗ 'ਚ ਕੋਈ ਤੁੱਕਾ ਨਹੀਂ ਹੈਗਾ ਬਾਬਾ ਜੀ ਕਰਨਾ ਕੀ ਹੈ ਪਹਿਲਾਂ ਸਟੇਟਮੈਂਟ ਪੜ੍ਹਦੇ ਆ ਕੀ ਹੈ ਟਾਪਿਕ ਕੀ ਕਹਿੰਦਾ ਸਾਨੂੰ ਸਟੇਟਮੈਂਟ ਕਹਿੰਦੇ many people work from home ਬਹੁਤ ਲੋਕ ਨੇ ਜਿਹੜੇ ਘਰੇ ਬਹਿ ਕੇ ਕੰਮ ਕਰਦੇ ਆ ਐਂਡ ਮੋਰ ਸਟੂਡੈਂਟਸ will study at home ਉਹ ਘਰੇ ਬਹਿ ਕੇ ਹੀ ਪੜ ਸਕਦੇ ਆ ਇਫ ਕੰਪਿਊਟਰ ਟੈਕਨੋਲੋਜੀ ਬਿਕਮ ਚੀਪ ਐਂਡ ਐਕसेसिबल ਜੇ ਕੰਪਿਊਟਰ ਦੀ ਟੈਕਨੋਲੋਜੀ ਨਾ ਸਸਤੀ ਹੋ ਜੇ ਹਰੇਕ ਬੱਚਾ ਕੰਪਿਊਟਰ ਨੂੰ ਅਫੋਰਡ ਕਰਨ ਲੱਗ ਜੇ ਤਾਂ ਫਿਰ ਲੋਕਾਂ ਨੂੰ ਨਾ ਬਾਹਰ ਜਾ ਕੇ ਕੰਮ ਕਰਨ ਦੀ ਲੋੜ ਨਹੀਂ ਉਹ ਘਰੇ ਬਹਿ ਕੇ ਕੰਮ ਕਰ ਲਿਆ ਕਰਨਗੇ ਬੱਚਿਆਂ ਨੂੰ ਬਾਹਰ ਜਾ ਕੇ ਕਿਤੇ ਪੜਨ ਦੀ ਲੋੜ ਨਹੀਂ ਹੈਗੀ ਉਹ ਘਰੇ ਬਹਿ ਕੇ ਪੜ ਲਿਆ ਕਰਨਗੇ ਅਗੇ ਟਾਪਿਕ ਦੀ ਥੀਸਿਸ ਲਾਈਨ ਕੀ ਕਹਿੰਦੀ ਹੈ ਥੀਸਿਸ ਕਹਿੰਦੀ ਹੈ ਮਾਈ ਡੀਅਰ ਵਟ ਵਿਲ ਬੀ ਦਾ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਇਫ ਥਿਸ ਹੈਪਨ ਜੇ ਕੰਪਿਊਟਰ ਹੋ ਜੇ ਸਸਤਾ ਲੋਕ ਘਰੇ ਬਹਿ ਕੇ ਕੰਮ ਕਰਨਗੇ ਲੋਕ ਘਰੇ ਬਹਿ ਕੇ ਪੜਨਗੇ ਇਸ ਚੀਜ਼ ਦਾ ਕੀ ਫਾਇਦਾ ਹੋਊਗਾ ਤੇ ਕੀ ਨੁਕਸਾਨ ਹੋਊਗਾ ਕੀ ਐਡਵਾਂਟੇਜ ਹੈ ਤੇ ਕੀ ਡਿਸਐਡਵਾਂਟੇਜ ਹੈ ਦਿਮਾਗ ਲਾ ਲੋ ਜੇ ਕਿਤੇ ਬਾਹਰ ਜਾ ਕੇ ਨਹੀਂ ਕੰਮ ਕਰਨਾ ਘਰੇ ਬਕੇ ਵਰਕ ਫਰੋਮ ਹੋਮ ਵਰਕ ਸਟਡੀ ਫਰੋਮ ਹੋਮ ਇਹਦਾ ਕੀ ਫਾਇਦਾ ਤੇ ਕੀ ਨੁਕਸਾਨ 1 ਮਿੰਟ ਦਾ ਟਾਈਮ ਹੈ ਤੁਹਾਨੂੰ ਸੋਚਣ ਦੇ ਲਈ ਉਸ ਤੋਂ ਬਾਅਦ ਕਿਸੇ ਦੋ ਬੱਚਿਆਂ ਨੂੰ ਅਨਮਿਊਟ ਕਰੂੰਗਾ ਇੱਕ ਮੁੰਡੇ ਨੂੰ ਤੇ ਇੱਕ ਮੁੰਡੇ ਨੂੰ ਤੇ ਜਿਵੇਂ ਵੀ ਤੁਹਾਡਾ ਆਪਸ਼ਨ ਹੋਇਆ ਫਿਰ ਆਪਾਂ ਦੇਖਦੇ ਹਾਂ ਤੁਹਾਡੇ ਕੋਲੇ 1 ਮਿੰਟ ਦਾ ਟਾਈਮ ਹੈ ਇਹ ਵੀਡੀਓ YouTube ਦੇ ਉੱਤੇ ਪਾਉਂਗਾ ਤਾਂ ਬਿਲਕੁਲ ਤਿਆਰ ਹੋ ਜਾਓ ਤੇ ਚੰਗੇ ਚ ਐ ਉਹ ਬਾਲ ਬਾਉਣ ਲੱਗੇ ਤੇ ਓਏ ਖਸਮੋਂ ਨਹੀਂ ਵਾਉਣੇ ਵੀ ਜੇ YouTube ਤੇ ਆਉਣੇਗਾ ਠੀਕ ਹੈ ਤੁਹਾਡੇ ਕੋਲੇ অপਸ਼ਨ ਹੈਗਾ 1 ਮਿੰਟ ਦਾ ਟਾਈਮ ਯੇ ਸੰਕੀਤ ਕੀ ਲੱਗਦਾ ਪੁੱਤ ਇਹ ਚੀਜ਼ ਦਾ ਸਰ ਉਹ ਮਤਲਬ ਹੰਨਾ ਹੈਲਦੀ ਹੋ ਜਾਣਗੇ ਘਰੇ ਬੈਠੇ ਰਹਿਣਗੇ ਬਾਰ ਨਹੀਂ ਕੰਮ ਕਰਨਗੇ ਜਾ ਕੇ ਠੀਕ ਹੈ ਮਤਲਬ अनहेल्दी हो ਜਾਣਗੇ ਨੇ ਹੈਲਥ ਤੇ ਇਫੈਕਟ ਹੋਣਾਗਾ ਹੈਲਥ ਤੇ ਪੈਣ ਦੇ ਇਫੈਕਟ ਹੋਣਾਗਾ ਚਲੋ ਠੀਕ ਹੈ ਹੈਲਥ ਤੇ ਇਫੈਕਟ ਪਊਗਾ ਤਾਂ ਹੈ ਚਲੋ ਠੀਕ ਹੈ ਜੀ ਇਹ ਤਾਂ ਹੋ ਗਿਆ 네ਗੇਟਿਵ ਪੁਆਇੰਟ ਹੈਗਾ ਹਨਾ ਅਨਹੈਲਦੀ ਹੋ ਜਾਣਗੇ ਇਹਦਾ ਪੋਜ਼ਿਟਿਵ ਪੁਆਇੰਟ ਵੀ ਕੀ ਹੋ ਜਾ ਰਿਹਾ ਸੁਖਮਿੰਦਰ ਭਾਈ ਜੀ ਕਰਵਨ ਮਿਊਟ ਯੂਏ ਤੋਂ ਦੁਬਈ ਤੋਂ ਸੁਖਮਿੰਦਰ ਭਾਈ ਜੀ ਹੋਇਆਨ ਮਿਊਟ ਥੋੜਾ चलो नहीं होया गुरप्रीत कौर हां गुरप्रीत की है पुत्त जे कंप्यूटर सस्ता हो गया घरे बेके काम करना सब कुछ घरे करना की फायदा की नुकसान सर इफ आई टॉक अबाउट एडवांटेजेस देन पीपल कैन डू अदर एक्टिविटीज आल्सो दे कैन डू एप्रिशियस टाइम विद देयर फैमिली मेंबर्स इफ आई टॉक अबाउट hypertension sometimes they also the distraction between the interaction between the teacher and student will be demolished by okay. taking place of computers fara ko sahi hai par tu saansu leni hai k na no sir acha hi matlab full stop marya karo pata hai ki jado advantage the se na da ik bande nu oh samajh auni chahidi re vi hai advantage ki ne teri oh gal sahi hai dekho ji advantage da mainu ta eh lagda hai vi je ho jaye computer sasta ਕਰੇ ਬੈਕੇ ਕੰਮ ਕਰਨਾ ਤਾਂ ਸਭ ਤੋਂ ਵਧੀਆ ਐਡਵਾਂਟੇਜ ਹੈ ਬੰਦੇ ਹੋਰ ਐਕਟੀਵਿਟੀਆਂ ਕਰਨਗੇ ਉਹਦੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਗੇ ਮੜ ਜਾ ਕਲੇਸ਼ ਵੱਧ ਕਰਨਗੇ ਕਰੇ ਟਾਈਮ ਵੱਧ ਮਿਲੂਗਾ ਉਹਨਾਂ ਨੂੰ ਹੈਨਾ ਕੋਈ ਥਾਪੜਾ ਪਰੇਟ ਵਧੀਆ ਇੱਕ ਦੂਜੇ ਦੀ ਹੋਇਆ ਕਰੋਗੀ ਤੇ ਦੂਜੀ ਗੱਲ ਇਹ ਵੀ ਹੈ ਨਾ ਆਉਣ ਜਾਣ ਦੇ ਕਿਰਾਏ ਖਤਮ ਹੋ ਜਾਣਗੇ ਵੀਹਿਕਲ ਦੇ ਹੈਨਾ ਟਰਾਂਸਪੋਰਟ ਦਾ ਖਰਚਾ ਖਤਮ ਹੋ ਜਾਊਗਾ ਤੇ ਆਨਲਾਈਨ ਪੜਾਈ ਸਸਤੀ ਵੀ ਤਾਂ ਹੁੰਦੀ ਐ ਜਿਹੜੇ ਹੋਰ ਅਕੈਡਮੀ ਜਾਂ ਮੇਰੀ ਅਕੈਡਮੀ 'ਚ 8500 ਰੁਪਏ ਦਿੰਦੇ ਨੇ ਆਨਲਾਈਨ ਤੇ ਅਸੀਂ ਘੱਟ ਲੈਨੇ ਆ ਤਾਂ ਕਹਿਣ ਦਾ ਮਤਲਬ ਕੀ ਐ ਜੇ ਨੁਕਸਾਨ ਦੀ ਗੱਲ ਕਰੂੰਗਾ ਐਵੇਂ ਹੋ ਗਿਆ ਬੰਦਾ ਤਿਆਰ ਹੋ ਕੇ ਜਾਂਦਾ ਕਿਤੇ ਬਾਹਰ ਜਾਂਦਾ ਘਰੇ ਤਾਂ ਨਿਕਰ ਜੇ ਫਰੀ ਜਾਣਾ ਹੁੰਦਾ ਇਸੇ ਚਾਹੀਏ ਤਾਂ ਡੈਫੀਨਿਟਲੀ ਕੀਏਗਾ ਆ ਜਿਹੜਾ ਲਾਕਡਾਊਨ ਪਿੱਛੇ ਜੇ ਹੋਇਆ ਸੀ ਸਾਰਿਆਂ ਨੂੰ ਪਤਾ ਹੈਗਾ ਮੈਂ ਕੋਈ ਕੱਪੜੇ ਨਹੀਂ ਕਿਸੇ ਨੇ ਖਰੀਦੇ ਉਹੀ ਘਰੇ ਪਜਾਮੇ ਪੀਓ ਮੇਜ਼ ਬਾਕੇ ਕੰਮ ਚੱਲੀ ਗਿਆ ਆਪਾਂ ਕੱਪੜੇ ਵੀ ਲੋਕਾਂ ਨੂੰ ਦਿਖਾਉਣ ਦੇ ਪਿੱਛੇ ਹੀ ਪਾਉਂਨੇ ਆਗੇ ਘਰੇ ਘਰੇ ਐਂ ਦੇਖਿਆ ਵੀ ਕਿਤੇ ਨਹੀਂ ਜਾਣਾ ਘਰੇ ਉਹੀ ਕੋਟ ਬੰਨ ਟਾਈ ਲਾ ਕੇ ਕੋਈ ਨਹੀਂ ਪੈਂਦਾ ਹੈਗਾ ਸਮਝੇ ਮੇਰੀ ਗੱਲ ਤਾਂ ਕਹਿਣ ਦਾ ਮਤਲਬ ਮਾਈ ਡੀਅਰ ਇਹ ਹੈਗਾ ਕਿ ਸਭ ਤੋਂ ਵਧੀਆ ਫਾਇਦਾ ਕੀ ਹੈਗਾ ਟਰਾਂਸਪੋਰਟ ਦੇ ਖਰਚੇ ਬਚ ਗਏ ਸਸਤੇ ਕੋਰਸ ਮਿਲ ਗਏ ਫੈਮਲੀ ਨਾਲ ਟਾਈਮ ਸਪੈਂਡ ਹੋ ਗਿਆ ਫਲੈਕਸੀਬਲ ਟਾਈਮ ਹੋ ਗਿਆ ਇੱਕ ਪੈਰੇ ਚ ਆਪਾਂ ਨੇ ਫਾਇਦੇ ਦੱਸਣੇ ਨੇ ਇੱਕ ਚ ਨੁਕਸਾਨ ਚਾਰ ਪੈਰਾਗ੍ਰਾਫ ਬਣ ਗਏ ਇੰਟਰੋਡਕਸ਼ਨ ਬਾਡੀ ਪੈਰਾਗ੍ਰਾਫ 1 ਬਾਡੀ ਪੈਰਾਗ੍ਰਾਫ 2 ਤੇ ਕਨਕਲੂਜਨ ਚਾਰ ਪੈਰਾਗ੍ਰਾਫ ਕਿਉਂਕਿ ਟੌਪਿਕ ਕੀ ਹੈ ਲੁੱਕ ਮੈਨੀ ਪੀਪਲ ਵਰਕ ਫਰੋਮ ਹੋਮ ਵਰਕ ਫਰੋਮ ਹੋਮ ਨੂੰ ਕੀ ਕਹਿੰਦੇ ਆ ਸਿਨਾਨੀਮ ਚ ਮੋਰ ਸਟੂਡੈਂਟਸ ਵਿਲ ਸਟੱਡੀ ਐਟ ਹੋਮ ਕੰਪਿਊਟਰ ਟੈਕਨੋਲੋਜੀ ਹੋ ਜੇ ਸਸਤੀ ਦੇਖੋ ਮੈਂ ਕਿਵੇਂ ਲਿਖਿਆ ਰੀਫਰੇਸ ਤੇ ਥੀਸਿਸ ਮੈਂ ਕਿਵੇਂ ਕਰਿਆ ਲੁੱਕ ਬੜੇ ਵਧੀਆ ਤਰੀਕੇ ਨਾਲ ਸਮਝਾਉਣਾ ਇਹ ਚੀਜ਼ ਨੂੰ ਮਾਈ ਡੀਅਰ ਅ ਜੇ ਇੱਥੇ ਤੱਕ ਇਹਦਾ ਰੀਫਰੇਸ ਹੈ ਤੇ ਜਿਹੜਾ ਬਲੂ ਚ ਹੈ ਇੱਥੇ ਦਾ ਕਿਹਦਾ ਥੀਸਿਸ ਹੈ ਰੀਫਰੇਸ ਦੇਖੋ ਮੈਂ ਕਿਵੇਂ ਕਰਿਆ ਲੁੱਕ ਰੀਫਰੇਸ ਨੂੰ ਕਰਨ ਮੈਂ ਲਿਖਿਆ ਟੌਪਿਕ ਤੁਸੀਂ ਆਹ ਲਾਈਨ ਤੋਂ ਸ਼ੁਰੂ ਕਰ ਸਕਦੇ ਹੋ ਇਟ ਇਜ਼ ਕਨਸੀਡਰਡ ਦੈਟ ਇਹ ਮੰਨਿਆ ਜਾਂਦਾ ਹੈ बिकॉज ਆਫ ਅ ਲੈਸ ਕਾਸਟ ਲੈਸ ਕਾਸਟ ਕੀ ਹੋ ਗਿਆ ਚੀਪ ਹੋਣਾ बिकॉज ਆਫ ਲੈਸ ਕਾਸਟ ਹੋ ਜੇ ਐਂਡ ਅਸੈਸੀਬਿਲਟੀ ਆਫ ਕੰਪਿਊਟਰ ਟੈਕਨੋਲੋਜੀ ਦਾ ਡਵੈਲਪਮੈਂਟ ਆਫ ਆਨਲਾਈਨ ਵਰਕਿੰਗ ਜਿਹੜੀ ਡਵੈਲਪਮੈਂਟ ਕਰੀ ਹੋ ਗਈ ਆਨਲਾਈਨ ਵਰਕਿੰਗ ਦੀ ਮਤਲਬ ਕੀ ਹੋ ਗਿਆ ਵਰਕ ਫਰੋਮ ਹੋਮ ਆਨਲਾਈਨ ਵਰਕਿੰਗ ਦੀ ਡਵੈਲਪਮੈਂਟ ਹੋ ਜੂਗੀ ਐਂਡ ਸਟੱਡੀ ਐਟ ਹੋਮ ਨੂੰ ਕੀ ਕਹਿੰਦੇ ਹੁੰਦੇ ਆਪਾਂ ਡਿਸਟੈਂਸ ਲਰਨਿੰਗ ਹੈ ਜਿਹੜੀ ਵਿਲ ਬੀ ਐਨਹਾਂਸਡ ਇਨ ਦਾ ਹੋਲ ਵਰਲਡ ਕਹਿੰਦਾ ਜੇ ਉੱਪਰਲਾ ਬਾਕਸ ਪੜੀਏ ਜਾਂ ਆ ਰੈੱਡ ਬਾਕਸ ਪੜੀਏ ਇਹ ਦੋਨੇ ਸੇਮ ਨੇ ਜਿਹਦਾ ਜਿਹਦਾ ਮੈਨੂੰ ਸਨਨਿਮ ਆਉਂਦਾ ਸੀ ਮੈਂ ਲਿਖਤਾ ਜਿਹਦਾ ਸਨਨਿਮ ਨਹੀਂ ਆਉਂਦਾ ਸੀ ਮੈਂ ਨਹੀਂ ਲਿਖਿਆ ਤੁਸੀਂ ਇਹ ਦੇਖੋ ਵਰਕ ਫਰਮ ਹੋਮ ਦਾ ਮੈਨੂੰ ਸਨਨਿਮ ਆਉਂਦਾ ਸੀ ਮੈਂ ਕੀ ਲਿਖਤਾ ਆਨਲਾਈਨ ਵਰਕਿੰਗ ਇਹੀ ਹੁੰਦਾ ਨਾ ਵਰਕ ਫਰਮ ਹੋਮ ਮੈਨੂੰ ਸਟੂਡੈਂਟਸ ਵਿਲ ਸਟੱਡੀ ਐਟ ਹੋਮ ਨੂੰ ਕੀ ਕਹਿੰਦੇ ਹੁੰਦੇ ਨੇ ਕਿ ਡਿਸਟੈਂਸ ਲਰਨਿੰਗ ਹੈ ਨਾ ਜੇ ਕੰਪਿਊਟਰ ਇੱਥੇ ਲਿਖਿਆ ਸੀ ਚੀਪ ਇੱਥੇ ਲਿਖਤਾ ਮੈਂ ਨੇ ਲੈਸ ਕੋਸਟ ਇਹ ਗੱਲ ਯਾਦ ਰੱਖੋ ਕਿ ਰੀਫਰੇਜ਼ ਹੁੰਦਾ ਹੈ ਜੋ ਆਪਾਂ ਨੂੰ ਉੱਪਰ ਪੁੱਛਿਆ ਗਿਆ ਉਹਨੂੰ ਚੇਂਜ ਕਰਕੇ ਲਿਖਣਾ ਇਸ ਕਾਲਡ ਰੀਫਰੇਜ਼ ਕਰਨਾ ਮੈਂ ਕਿਸੇ ਵੀ ਬੱਚੇ ਤੇ ਪ੍ਰੈਸ਼ਰ ਨਹੀਂ ਪਾਉਂਦਾ ਕਿ ਜਿਵੇਂ ਮੈਂ ਲਿਖਿਆ ਐਵੇਂ ਹੀ ਲਿਖਣਾ ਹੈ ਕੋਈ ਬੱਚਾ ਇਹਨੂੰ ਹੋਰ ਤਰੀਕੇ ਨਾਲ ਵੀ ਲਿਖ ਸਕਦਾ ਕੋਈ ਹੋਰ ਤਰੀਕੇ ਨਾਲ ਬਸ ਅਸਲ ਦੇ ਵਿੱਚ ਤਡਾ मीनिंग ਹੈ ਜਿਹੜਾ ਉਹ ਸੇਮ ਨਿਕਲਣਾ ਚਾਹੀਦਾ ਹੈ ਦੂਜੇ ਨੰਬਰ ਤੇ ਵਾਰੀ ਆ ਗਈ ਥੀਸਿਸ ਥੀਸਿਸ ਆਪਣੇ ਤੋਂ ਕੀ ਪੁੱਛਿਆ ਕੀ ਐਡਵਾਂਟੇਜ ਨੇ ਤੇ ਕੀ ਇਹਦੇ ਡਿਸਐਡਵਾਂਟੇਜ ਨੇ ਆਓ ਜੇ ਤਾਂ ਮੈਂ ਦਿਖਾਵਾਂ ਇਹ ਵਰੀ ਰੀਅਲ ਸਿਸਟਰ ਹੈ ਜਮ ਰੀਅਲ ਮਤਲਬ ਇਹਦਾ ਡੈਡੀ ਤੇ ਮੇਰਾ ਡੈਡੀ ਇੱਕੋ ਨੇ ਆ ਜਿਹੜੀ ਪਿੱਛੇ ਬੈਠੀ ਆ ਹਾਂ ਜਿਹਨੇ ਮੂੰਹ ਤੇ ਹੱਥ ਰੱਖਿਆ ਉਹ ਪਿਛਲੀ ਜਿਹੜੀ ਜਿਆਦਾ ਮੋਟੀ ਜੀ ਆ ਮਤਲਬ ਇਹ ਵੀ ਮੇਰੀ ਮੰਮੀ ਵੀ ਉਹੀ ਐ ਤੇ ਮੇਰੀ ਮੰਮੀ ਵੀ ਹੋਈ ਐ ਤੇ ਅੱਜ ਮੇਰੀ ਕਲਾਸ 'ਚ ਬੈਠੀ ਐ ਤੇ ਮੈਂ ਦੁਨੀਆ ਨੂੰ ਦੁਨੀਆ ਨੂੰ ਐਲਸ ਪੜ੍ਹਾਤੀ ਤੇ ਇਹਨੇ ਮੇਰੇ ਕੋਲ ਐਲਸ ਨਹੀਂ ਸਿੱਖੀ ਮੈਂ ਜਦੋਂ ਵੀ ਪੜ੍ਹਾਉਂਦਾ ਮੈਨੂੰ ਕਹਿੰਦੀ ਕੀ ਐ ਤੂੰ ਕੀ ਪੜ੍ਹਾਏਂਗਾ ਮੈਂ ਕਿਹਾ ਸ਼ਾਬਾਸ਼ ਜਿਉਂਦੀ ਰਹਿ ਮੈਂ ਕਿਹਾ ਮਤਲਬ ਘਰ ਦਾ ਜੋਗੀ ਜੋਗ ਨਾਲ ਬਾਹਰ ਦਾ ਜੋਗੀ ਸਿੱਧੋ ਵਾਲਾ ਸਾਹਬ ਹੋ ਰਿਹਾਗਾ ਠੀਕ ਐ ਚਲੋ ਥੀਸਿਸ 'ਚ ਕੀ ਪੁੱਛਿਆ ਸੀ ਉਹਨਾਂ ਨੇ ਕਿ ਇਹਦਾ ਐਡਵਾਂਟੇਜ ਕੀ ਐ ਤੇ ਡਿਸਐਡਵਾਂਟੇਜ ਮੈਂ ਕਿਵੇਂ ਲਿਖਿਆ ਆਹ ਥੀਸਿਸ ਐ this essay will discuss the advantages ਐਂਡ ਡਿਸਐਡਵਾਂਟੇਜਸ ਆਫ ਦਿਸ ਟ੍ਰੈਂਡ ਜਿਹੜਾ ਇਹ ਐਸੇ ਹੈ ਉਹ ਇਹਦੇ ਐਡਵਾਂਟੇਜ ਵੀ ਦੱਸੂਗਾ ਇਹਦੇ ਡਿਸਐਡਵਾਂਟੇਜ ਵੀ ਦੱਸੂਗਾ ਇਨ ਅਪਕਮਿੰਗ ਪੈਰਾਗ੍ਰਾਫ ਅਪਕਮਿੰਗ ਪੈਰਾਗ੍ਰਾਫ ਦਾ ਮਤਲਬ ਹੁੰਦਾ ਹੈ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਇੰਟਰੋਡਕਸ਼ਨ ਦਾ ਤੁਹਾਨੂੰ ਅੱਧਾ ਬੈਂਡ ਮਿਲੂਗਾ ਹਾਫ ਬੈਂਡ ਮਿਲਦਾ ਇੰਟਰੋਡਕਸ਼ਨ ਦਾ ਪਹਿਲੀ ਗੱਲ ਠੀਕ ਹੈ ਤੇ ਦੂਜੀ ਗੱਲ ਇੰਟਰੋਡਕਸ਼ਨ ਦਾ ਹਾਫ ਬੈਂਡ ਤਾਂ ਆਪਾਂ ਨੂੰ ਮਿਲ ਰਿਹਾ ਹੈਗਾ ਦੈਟਸ ਵੈਰੀ ਓਕੇ ਰੀਫਰੇਜ਼ ਅਤੇ ਥੀਸਿਸ ਦੋ ਚੀਜ਼ਾਂ ਤੋਂ ਇੰਟਰੋਡਕਸ਼ਨ ਬਣਦੀ ਹੈ ਰੀਫਰੇਜ਼ ਅਤੇ ਥੀਸਿਸ ਰੀਫਰੇਜ਼ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਉੱਪਰ ਲਿਖਿਆ ਹੋਇਆ ਉਹਨੂੰ ਚੇਂਜ ਕਰਕੇ ਸਨਨਯਮ ਚ ਲਿਖਣਾ ਇਸ ਕਾਲਡ ਰੀਫਰੇਜ਼ ਤੇ ਥੀਸਿਸ ਦਾ ਮਤਲਬ ਕੀ ਹੁੰਦਾ ਹੈਗਾ ਕਿ ਇਹ ਦੱਸਣਾ ਕਿ ਐਸੇ ਕਿਹੜੀ ਟਾਈਪ ਦਾ ਹੈ ਆਪਣੇ ਕਹਿੰਦਾ ਵੀ ਇਹ ਐਸੇ ਦੇ ਵਿੱਚ ਮੈਂ ਐਡਵਾਂਟੇਜ ਤੇ ਡਿਸਐਡਵਾਂਟੇਜ ਦੱਸੂਗਾ ਸ਼ਾਇਦ ਐਸੇ ਅਗਰੀ ਤੇ ਡਿਸਐਗਰੀ ਦਾ ਹੁੰਦਾ ਆਪਾਂ ਲਿਖ ਦਿੰਦੇ ਵੀ ਔਨ ਏ ਐਸੇ ਦੇ ਵਿੱਚ ਮੈਂ ਅਗਰੀ ਤੇ ਡਿਸਐਗਰੀ ਦੱਸੂਗਾ ਇੰਟਰੋਡਕਸ਼ਨ ਦਾ ਅੱਧਾ ਬੈਂਡ ਤੁਹਾਨੂੰ ਮਿਲੇਗਾ ਹੀ ਮਿਲੇਗਾ ਇਹ ਮਤਲਬ ਇੱਧਰ ਕੀ ਚਾਹਦ ਰ ਉਹ ਵੈਰੀ ਗੁੱਡ ਮਤਲਬ ਉਹ ਕਿਸੇ ਫੰਕਸ਼ਨ ਚਾਹਦ ਰ ਮਾਨ ਸਰ ਉਹ ਦੇਖੀ ਮੈਂ ਕਹਿੰਦਾ ਮੈਂ ਇਹਨਾਂ ਨੇ ਮੈਂ ਕਹਿੰਦਾ ਕਿਤੇ ਪੈਸੇ ਲੈ ਕੇ ਨਹੀਂ ਬਿਠਾਦੇ ਜਵਾਕਾਂ ਚ ਹੈਪੀ ਬਰਥਡੇ ਚਲ ਜਿਹਦਾ ਵੀ ਬਰਥਡੇ ਮੇਰੇ ਵੱਲੋਂ ਹੈਪੀ ਬਰਥਡੇ ਅੰਕੇ ਤਾਂ ਮੈਂ ਕਿਹਾ ਖਾਸੇ ਜਵਾਕ ਬਿਠਾ ਰਖੀ ਨੇ ਇਹਨਾਂ ਨੇ ਕਿਤੇ ਐ ਕਹਿ ਰਿਹਾ ਵੀ ਅੱਜ 500 ਰੁਪਏ ਟਿਕਟ ਹੈ ਜ ਰਮਨ ਦਾ ਲਾਈਵ ਦਿਖਾਵਾਂਗੇ ਤੁਹਾਨੂੰ ਹੈ ਚਲੋ ਹੁਣ ਆਪਾਂ ਕੀ ਕਰਾਂਗੇ ਜਿੰਨੀ ਵੀ ਰਾਈਟਿੰਗ ਤੁਸੀਂ ਮੇਰੇ ਕੋਲੋਂ ਸਿੱਖਣੀ ਚਾਹੁੰਦੇ ਹੋ ਨਾ ਜਿੰਨੀ ਵੀ ਰਾਈਟਿੰਗ ਹੈ ਬਸ ਇਹ ਦਿਮਾਗ ਤੁਹਾਡੇ ਚ ਗੱਲ ਹੋਣੀ ਚਾਹੀਦੀ ਹੈ ਚਾਰ ਗੱਲਾਂ ਨਾਲ ਪੈਰਾਗ੍ਰਾਫ ਬਣਦਾ ਤੁਸੀਂ ਜਿਹੜੇ ਮਰਜੀ ਇੰਸਟੀਚਿਊਟ ਚ ਪੜਦੇ ਹੋ ਚਾਹੇ ਮੇਰੇ ਕੋਲੇ ਪੜਦੇ ਹੋ ਆਪਣੇ ਦਿਮਾਗ ਚ ਇਹ ਗੱਲ ਬਿਠਾ ਲਓ ਜੇ ਤੁਹਾਡੇ ਕੋਲੇ ਚਾਰ ਗੱਲਾਂ ਹੈਗੀਆਂ ਨੇ ਮੇਨ ਐਡਵਾਂਟੇਜ ਐਕਸਪਲੇਨ ਐਗਜ਼ੈਂਪਲ ਤੇ ਉਹਦਾ ਰਿਜ਼ਲਟ ਤੇ ਅਗਲੇ ਚ ਡਿਸਐਡਵਾਂਟੇਜ ਐਕਸਪਲੇਨ ਐਗਜ਼ਾਮਪਲ ਤੇ ਰਿਜ਼ਲਟ ਖਤਮ ਚਲੋ ਆਪਾਂ ਦੇਖੀਏ ਕਿਹੜਾ ਕਿਹੜਾ ਕਨੈਕਟਰ ਤੇ ਇਹ ਦਿਮਾਗ 'ਚ ਰੱਖਿਓ ਜਿਹੜਾ ਕਨੈਕਟਰ ਇੱਕ ਵਾਰ BP1 'ਚ ਯੂਜ਼ ਕਰ ਲਿਆ ਉਹ BP2 'ਚ ਸੇਮ ਕਨੈਕਟਰ ਯੂਜ਼ ਨਹੀਂ ਕਰਨਾ ਆਓ ਆਪਾਂ ਦੇਖਦੇ ਹਾਂ ਕੀ ਬਣਦੇਗਾ ਲੋਕ ਸਭ ਤੋਂ ਪਹਿਲੇ ਨੰਬਰ ਤੇ ਚਾਰ ਗੱਲਾਂ ਜੀ ਪਹਿਲੀ ਗੱਲ ਦੇਖੋ ਮੈਨੇ ਕੀ ਕਹੀ ਚਾਰ ਗੱਲਾਂ ਦੀ ਦੇਖੋ ਆਪ ਨੂੰ ਪਤਾ ਹੋਵੇ ਚਾਰ ਸਟੈਪ ਠੀਕ ਹੈ 1 2 3 ਤੇ 4 ਮੈਂ ਤੁਹਾਨੂੰ ਚਾਰੇ ਸਟੈਪ ਦੱਸੂਗਾ ਕਿਵੇਂ ਕਿਵੇਂ ਲਿਖੇ ਨੇ ਮੇਨ ਪੁਆਇੰਟ ਚਲੋ ਪਹਿਲੇ ਨੰਬਰ ਵਾਲਾ ਆਪਾਂ ਮੇਨ ਪੁਆਇੰਟ ਲਿਖਦੇ ਹਾਂ ਕਨੈਕਟਰ ਮੈਂ ਯੂਜ਼ ਕੀਤਾ ਟੂ ਕਮੈਂਸ ਵਿਦ ਦਾ ਪ੍ਰੋਸ ਆਫ ਥਿਸ ਨੋਸ਼ਨ ਤੇ ਪ੍ਰੋਸ ਦਾ ਐਡਵਾਂਟੇਜ ਹੁੰਦਾ ਹੈ ਪ੍ਰੋਸ ਦਾ ਮਤਲਬ ਹੁੰਦਾ ਐਡਵਾਂਟੇਜ ਕਹਿੰਦਾ ਟੂ ਕਮੈਂਸ ਵਿਦ ਪਹਿਲਾ ਕਨੈਕਟਰ ਹੈ ਚਲੋ ਆਪਾਂ ਸ਼ੁਰੂ ਕਰਦੇ ਆ ਕਿ ਫਾਇਦਾ ਦੱਸਦੇ ਆ ਇਸ ਨੋਸ਼ਨ ਦਾ ਨੋਸ਼ਨ ਹੁੰਦਾ ਪੁਆਇੰਟ ਦਾ ਪ੍ਰੀਡੋਮੀਨੈਂਟ ਪ੍ਰੀਡੋਮੀਨੈਂਟ ਹੁੰਦਾ ਦਾ ਇੰਪੋਰਟੈਂਟ ਮੇਨ ਚਲੋ ਆਪਾਂ ਕਹਿੰਦਾ ਇੰਪੋਰਟੈਂਟ ਗੱਲ ਕਰਦੇ ਆ 1 ਇਸ ਫਲੈਕਸੀਬਲ ਵਰਕਿੰਗ ਐਂਡ ਸਟੱਡਿੰਗ ਆਵਰਜ਼ ਕਹਿੰਦਾ ਇਹਦਾ ਸਭ ਤੋਂ ਵੱਡਾ ਫਾਇਦਾ پتہ ਕੀ ਹੈ ਸਭ ਤੋਂ ਵੱਡਾ ਫਾਇਦਾ ਇਹ ਹੈ ਇਹਦੇ ਨਾਲ ਫਲੈਕਸੀਬਲ ਵਰਕਿੰਗ ਹੋਗੀ ਜਦੋਂ ਮਰਜ਼ੀ ਕੰਮ ਕਰੋ ਤੇ ਫਰਕੀ ਜਿਹੜੇ ਸਟੱਡਿੰਗ ਦੇ ਆਵਰਸ ਨੇ ਉਹ ਜਦੋਂ ਮਰਜੀ ਪੜੋ ਮਤਲਬ ਮੇਰਾ ਮੇਨ ਪੁਆਇੰਟ ਹੋ ਗਿਆ ਰੈੱਡ ਕਲਰ ਦਾ ਇੱਕ ਹੋ ਗਿਆ ਟੂ ਕੰਬੀਨਸਿਵ ਵੀ ਦੇਦਾ ਕਨੈਕਟਰ ਸੀਗਾ ਦੂਜਾ ਪੁਆਇੰਟ ਮੈਂ yellow ਚ ਕਰਦਾ ਟੂ ਇਲੈਬੋਰੇਟ ਇਟ ਹੁਣ ਆਪਾਂ ਇਹਨੂੰ ਇਲੈਬੋਰੇਟ ਕਰਦੇ ਆ ਐਕਸਪਲੇਨ ਕਰਦੇ ਆ ਵੀ ਕਹਿਣਾ ਕੀ ਚਾਹੁੰਨਾ ਫਲੈਕਸੀਬਲ ਆਵਰਸ ਨੂੰ ਯਾ ਮਾਈ ਅਰੇ ਸਟੱਡਿੰਗ ਆਵਰਸ ਨੂੰ ਮੈਂ ਕਿਹਾ ਇਟ ਅਸਿਸਟ ਹੈਲਪ ਕਰਦਾ ਲੋਕਾਂ ਦੀ ਪੀਪਲ to do work and study conveniently by which people can also spend their time with their families kenda online padhna te online kam karna da sab to wadda fayda pata ki hai kiye lok jado marzi kam kar sakde ne apne parivar de naal jado marzi time spend kar sakde ne kenda secondly ik kenda hor vi era fayda hai kiye elderly elderly people can also work from home ਜਿਹੜੇ ਬਜ਼ੁਰਗ ਲੋਕ ਨੇ ਉਹ ਵੀ ਘਰੇ ਬੈ ਕੇ ਕੰਮ ਕਰ ਸਕਦੇ ਆ ਵਿੱਚ ਕੈਨ ਬੀ ਅ ਬਿਗ ਕੰਟਰੀਬਿਊਸ਼ਨ ਟੂ ਗਲੋਬਲ ਇਕਨੋਮੀ ਹੁਣ ਦੇਖੋ ਬਜ਼ੁਰਗ ਲੋਕਾਂ ਦਾ ਆਣ ਜਾਣ ਬਹੁਤ ਔਖਾ ਹੋਵੇਗਾ ਇਸ ਕਰਕੇ ਕਹਿੰਦਾ ਸਭ ਤੋਂ ਵਧੀਆ ਫਾਇਦਾ ਕੀ ਹੈ ਜੇ ਔਨਲਾਈਨ ਪੜ੍ਹਾਈ ਹੋ ਜੇ ਔਨਲਾਈਨ ਵਰਕਿੰਗ ਹੋ ਜੇ ਤਾਂ ਲੋਕਾਂ ਨੂੰ ਘਰੇ ਬੈਠਿਆਂ ਨੂੰ ਸਾਰਾ ਕੁਝ ਮਿਲੂਗਾ ਤੇ ਦੂਜੀ ਆਪਣੇ ਪਰਿਵਾਰ ਨਾਲ ਵੀ ਟਾਈਮ ਸਪੈਂਡ ਹੋਊਗਾ ਤੇ ਦੂਜੀ ਗੱਲ ਇਹ ਜਿਹੜੇ ਬਜ਼ੁਰਗ ਲੋਕ ਨੇ ਉਹ ਵੀ ਘਰੇ ਬੈ ਕੇ ਕੰਮ ਕਰ ਸਕਦੇ ਨੇ ਤੁਸੀਂ ਦੇਖੋ ਮੇਨ ਪੁਆਇੰਟ ਮੈਂ ਨੇ ਕੀ ਦਿੱਤਾ ਫਲੈਕਸੀਬਲ ਵਰਕਿੰਗ ਹੈ ਤੇ ਸਟੱਡਿੰਗ ਆਵਰਸ ਨੇ ਟੂ ਇਲੈਬੋਰੇਟ ਦੂਜਾ ਕਨੈਕਟਰ ਯੂਜ਼ ਕੀਤਾ ਮੈਨੇ ਉੱਚ ਦੱਸਤਾ ਕਿ ਇਹ ਦੇ ਨਾਲ ਕੀ ਕੀ ਹੋਊਗਾ ਮਾਈ ਡੀਅਰ ਕਿ ਲੋਕ ਆਪਣੇ ਪਰਿਵਾਰ ਨਾਲ ਜਿੰਨਾ ਮਰਜ਼ੀ ਟਾਈਮ ਸਪੈਂਡ ਕਰਨ ਤੇ ਦੂਜੀ ਗੱਲ ਕੀ ਹੈ ਬਜ਼ੁਰਗ ਲੋਕ ਵੀ ਘਰੇ ਬਹਿ ਕੇ ਕੰਮ ਕਰ ਸਕਦੇ ਨੇ ਇਹਦਾ ਫਾਇਦਾ ਹੈ ਚਲੋ ਥਰਡ ਨੰਬਰ ਤੇ ਆਉਣਾ ਇਹਦੀ ਇੱਕ ਐਗਜ਼ਾਮਪਲ ਦੇਨੇ ਆ ਤੀਜਾ ਨੰਬਰ ਕਨੈਕਟਰ ਕਿਹੜਾ ਯੂਜ਼ ਕੀਤਾ ਫਾਰ ਐਗਜ਼ਾਮਪਲ ਚਾਰ ਗੱਲਾਂ ਚਾਹੀਦੀਆਂ ਨੇ ਦੇਖੋ ਪਹਿਲੇ ਕਨੈਕਟਰ ਦੀ ਕੀ ਗੱਲ ਸੀ ਟੂ ਕਮੈਂਸ ਵਿਦ ਮੇਨ ਪੁਆਇੰਟ ਦਿੱਤਾ ਟੂ ਇਲੈਬੋਰੇਟ ਦੂਜੀ ਗੱਲ ਸੀ ਇਹਨੂੰ ਐਕਸਪਲੇਨ ਕਰਤਾ ਫਾਰ ਇਕਜ਼ੈਂਪਲ ਤੀਜੀ ਗੱਲ ਸੀ ਹੁਣ ਇਕਜ਼ੈਂਪਲ ਦਿੰਨਾ ਮੈਂ ਅ ਸਰਵੇ ਵਾਸ ਕੰਡਕਟਡ ਬਾਈ ਇੱਕ ਸਰਵੇ ਕੰਡਕਟ ਕਰਿਆ ਗਿਆ ਤੇ ਇਕਜ਼ੈਂਪਲ ਹਮੇਸ਼ਾ ਛੁੱਟੀ ਹੁੰਦੀ ਏ ਤੁਸੀਂ ਹਰੇਕ ਚ ਪਾ ਦਿਆ ਕਰੋ ਵੀ ਇੱਕ ਸਰਵੇ ਕੰਡਕਟ ਹੋਇਆ ਬਾਈ ਰਿਸਰਚਰ ਇਨ ਜਾਪਾਨ ਜਾਪਾਨ ਦੇ ਰਿਸਰਚਰ ਨੇ ਕੀ ਸਰਵੇ ਕਰਿਆ ਡਿਊ ਟੂ ਐਡਵਾਂਸਮੈਂਟ ਆਫ ਟੈਕਨੋਲੋਜੀ ਵੀ ਜਿਵੇਂ ਜਿਵੇਂ ਟੈਕਨੋਲੋਜੀ ਵਧ ਰਹੀ ਏ ਇਕਨੋਮੀ ਇਜ਼ ਇਨਕਰੀਜ਼ਡ ਟੂ ਪੀਕ ਲੈਵਲ ਐਜ਼ ਕੰਪੇਅਰ ਟੂ ਅਦਰ ਨੇਸ਼ਨ ਇੱਕ ਰਿਸਰਚ ਹੋਇਆ ਕਿ ਜਿਹੜੇ ਜਾਪਾਨ ਦੇ ਲੋਕ ਨੇ ਨਾ ਉੱਥੇ ਟੈਕਨੋਲੋਜੀ ਬਹੁਤ ਜ਼ਿਆਦਾ ਵੱਧ ਗਈ ਇਸ ਕਰਕੇ ਉਹ ਬਾਕੀ ਨੇਸ਼ਨ ਦੇ ਲੋਕਾਂ ਨਾਲੋਂ ਬਹੁਤ ਉੱਚਾ ਪਹੁੰਚ ਗਏ ਇਹਦਾ ਰਿਜ਼ਲਟ ਕੀ ਨਿਕਲੂਗਾ ਮੈਂ ਚੌਥਾ ਕਨੈਕਟਰ ਯੂਜ਼ ਕੀਤਾ ਦਸ ਇਟ ਵਿਲ ਬੀ ਬੈਨੀਫੀਸ਼ੀਅਲ ਫॉर ਬੋਥ ਇਹ ਦੋਵਾਂ ਲਈ ਬੈਨੀਫੀਸ਼ੀਅਲ ਹੈ ਫਾਇਦਾ ਬਾਏ ਦਾ ਇੰਡੀਵਿਜੂਅਲ ਲੋਕਾਂ ਲਈ ਵੀ ਐਂਡ ਕੰਟਰੀ ਦੇਸ਼ ਲਈ ਵੀ ਬਿਕਾਜ਼ ਆਫ ਇਟਸ ਇਫੈਕਟਿਵਨੈਸ ਟੂ ਅਰਨ ਮਨੀ ਤੁਸੀਂ ਇਹ ਦੇਖੋ ਮੈਂ ਚਾਰ ਗੱਲਾਂ ਲਿਖੀਆਂ ਮੇਨ ਪੁਆਇੰਟ ਉਸ ਨੂੰ ਕਿਵੇਂ ਐਕਸਪਲੇਨ ਕਰਿਆ ਉਹਦੀ ਐਗਜ਼ਾਮਪਲ ਤੇ ਉਹਦਾ ਰਿਜ਼ਲਟ ਮੇਨ ਪੁਆਇੰਟ ਕਾਦੀ ਨਾਲ ਯੂਰੂ ਕੀਤਾ ਸੀ ਟੂ ਕਮੈਂਸ ਵਿਦ ਦੇਖ ਨਹੀਂ ਰਿਹਾ ਸੁਖਵਿੰਦਰ ਸਕੋਰ ਹੈ ਤੁਹਾਡਾ ਕੋਈ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਨੰਬਰ ਦੇਣਾ ਹਲੋ ਇਹ ਮੇਰਾ ਪਰਸਨਲ ਨੰਬਰ ਹੈ ਤੁਸੀਂ ਠੀਕ ਹੈ ਮੈਨੂੰ ਮੈਸੇਜ ਕਰ ਦਿਓ ਮੈਂ ਬਾਅਦ ਚ ਗੱਲ ਕਰਦਾ ਨੰਬਰ 1 ਮੇਨ ਪੁਆਇੰਟ ਕੀਤਾ ਮੈਨੇ ਟੂ ਕਮੈਂਸ ਵਿਦ ਮੈਨੇ ਗੱਲ ਦੱਸਦੀ ਵੀ ਜੇ ਲੋਕ ਘਰੇ ਕੰਪਿਊਟਰ ਸਸਤੇ ਹੋ ਗਏ ਘਰੇ ਰਹਿਣਗੇ ਆਫ ਦੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਗੇ ਤੇ ਦੂਜੀ ਗੱਲ ਕੀ ਹੈ ਉਹ ਸਟੱਡਿੰਗ ਆਵਰਸ ਕਦੋਂ ਵੀ ਸਟੱਡੀ ਕਰ ਸਕਦੇ ਆ ਐਕਸਪਲੇਨ ਕਰਤਾ ਐਗਜ਼ਾਮਪਲ ਕੀ ਦਿੱਤੀ ਵੀ ਜਪਾਨ ਦੇ ਵਿੱਚ ਟੈਕਨੋਲੋਜੀ ਬਹੁਤ ਜ਼ਿਆਦਾ ਹੋਣ ਕਰਕੇ ਜਪਾਨ ਦੇ ਲੋਕ ਬਹੁਤ ਅੱਗੇ ਨੇਗੇ ਦੂਜਿਆਂ ਨਾਲ ਇਹ ਰਿਜ਼ਲਟ ਕੀ ਨਿਕਲ ਗਿਆ ਲੋਕਾਂ ਲਈ ਵੀ ਤੇ ਸਾਰਿਆਂ ਲਈ ਇਹਦਾ ਵਧੀਆ ਹੋਊਗਾ ਜੇ ਘਰੇ ਬਹਿ ਕੇ ਸਾਰਾ ਕੁਝ ਹੋਣ ਲੱਗਿਆ ਇਹਦਾ ਫਾਇਦਾ ਅਗਲੇ ਪੈਰੇ ਚ ਕੀ ਕਰਨਾ ਹੈ ਨੁਕਸਾਨ ਨੁਕਸਾਨ ਕਨੈਕਟਰ ਇਹ ਚਾਰਾਂ ਚ ਕੋਈ ਵੀ ਨਹੀਂ ਜਿਵੇਂ ਇਹਦੀ ਸਟਾਰਟਿੰਗ ਦੇ ਵਿੱਚ ਐਡਵਾਂਟੇਜ ਦਿੱਤਾ ਸੀ ਨਾ ਉਹਦੀ ਸਟਾਰਟਿੰਗ ਦੇ ਵਿੱਚ ਡਿਸਐਡਵਾਂਟੇਜ ਦੇਵਾਂਗੇ ਫਿਰ ਐਕਸਪਲੇਨ ਕਰ ਦਾਂਗੇ ਫਿਰ ਉਹਦੀ ਕੋਈ ਐਗਜ਼ਾਮਪਲ ਦੇ ਦਾਂਗੇ ਤੇ ਫਿਰ ਉਹਦਾ ਕੋਈ ਰਿਜ਼ਲਟ ਕੱਢ ਦਾਂਗੇ ਚਲੋ ਆਪਾਂ ਦੇਖੀਏ ਐਗਜ਼ਾਮਪਲ ਕੀ ਕਰਦੇ ਆ ਵੀ ਲੁੱਕ ਕਨੈਕਟਰ ਦੇਖੋ ਯੂਜ਼ ਕੀਤਾ ਪਹਿਲਾਂ ਆਪਣੇ ਪ੍ਰੋਜ਼ ਕਰ ਰਹੇ ਸੀ ਨਾ ਪ੍ਰੋਜ਼ ਹੁਣ ਮੈਂ ਕੌਨਸ ਕਰੇ ਨੇ ਫਰਦਰ 무ਵਿੰਗ ਟੁਵਰਡਸ ਕੌਨਸ ਆਫ ਟੈਕਨੋਲੋਜੀ ਪ੍ਰੋਜ਼ ਹੁੰਦੇ ਨੇ ਫਾਇਦੇ ਪੀ ਆਰ ਓ ਐਸ ਫਾਇਦੇ ਕੌਨਸ ਹੁੰਦੇ ਨੇ ਨੁਕਸਾਨ ਕਹਿੰਦਾ ਜੇ ਮੈਂ ਟੈਕਨੋਲੋਜੀ ਦੇ ਕੌਨਸ ਦੀ ਗੱਲ ਕਰਦਾ ਇਟ ਕੈਨ ਲੈਸਨ ਲੀ ਡਬਲ ਐਸ ਈ ਐਨ ਲੈਸਨ ਹੁੰਦਾ ਕਿਸੇ ਚੀਜ਼ ਨੂੰ ਘਟਾਉਣਾ ਦਾ ਫੇਸ ਟੂ ਫੇਸ ਇੰਟਰੈਕਸ਼ਨ ਕਹਿੰਦਾ ਫੇਸ ਟੂ ਫੇਸ ਇੰਟਰੈਕਸ਼ਨ ਤਾਂ ਜਮੀ ਖਤਮ ਹੋ ਜੂਗੀ ਵਿੱਚ ਨਾਟ ਓਨਲੀ ਮੇਕ ਅ ਹਿਊਮਨ ਆਈਸੋਲੇਟਡ ਬਟ ਆਲਸੋ ਹੈਵ ਐਡਵਰਸ ਇਫੈਕਟ ਔਨ ਇੰਡਸਟਰੀਜ਼ ਵੈਰੀ ਗੁੱਡ ਜੇ ਕਰੇ ਬਾਕੀ ਸਾਰਾ ਕੁਝ ਹੋਣ ਲੱਗ ਗਿਆ ਨਾ फेस टू फेस इंटरेक्शन खत्म हो जोगी लोग तो बस वीडियो कॉल पे मिलया ਕਰਨਗੇ फेस टू फेस खत्म تے دوسری گل کی ہے انڈسٹریز نو ਘਟਾ سمجھو ਕਿਵੇਂ ਜਦੋਂ ਲੋਕ ਬਾਹਰ ਨਹੀਂ ਜਾਣਗੇ پروڈکٹ ਕਿਵੇਂ ਵੇਚੇ ਲੋਕ ਕਹਿੰਦਾ ਮਤਲਬ ਕੀ ਹੈਗਾ ਆਪਣੇ مین ਡਿਸਐਡਵਾਂਟੇਜ ਕੀ ਦਿੱਤਾ ਨੰਬਰ 1 ਤੇ ਤਾਂ ਲੋਕ ਇੱਕ ਦੂਜੇ ਨੂੰ ਮਿਲਣਾ ਖਤਮ ਕਰ ਦਣਗੇ ਫੇਸ ਟੂ ਫੇਸ ਵੈਲਿਊ ਖਤਮ ਹੋ ਗਈ ਮੇਰੇ ਇੱਕ ਦੋਸਰੇ ਮੈਨੂੰ ਵਟਸਐਪ ਤੇ ਫੋਟੋ ਭੇਜੀ ਕਾਰਡ ਸੀਗਾ ਕਹਿੰਦਾ ਮੇਰਾ ਵਿਆਹ ਹੈ ਆ ਕਾਰਡ ਹੈ ਮੈਂ 2000 ਦਾ ਨੋਟ ਤੇ 100 ਦਾ ਨੋਟ ਫੋਟੋ ਖਿੱਚ ਕੇ ਭੇਜਦੀ ਮੈਂ ਕਹਿੰਦਾ ਮੇਰੇ ਵੱਲੋਂ ਸ਼ਗਨ ਸਮਝੀ ਇਹਨੂੰ ਵੀ ਜੇ ਖਾਸਮੋ ਫੋਟੋ ਹੀ ਫੋਟੋ ਹੋਣੇ ਹੋਜੋ ਤੇ ਅੱਜ ਕੱਲ ਤਾਂ ਇਹ ਸਚਾਈ ਹੈ ਬਾਬਾ ਜੀ ਮੈਂ ਬਹੁਤ ਦੇਖਦਾ ਲੋਕਾਂ ਨੂੰ ਕਿ ਕੀ ਸਿਸਟਮ ਚੱਲ ਪਿਆ ਇੱਕ ਸਾਈਡ ਤੇ ਮੁੰਡਾ ਜਾਂ ਕੁੜੀ ਬਿਠਾਰਖੇ ਨੇ ਕੁਰਸੀ ਤੇ ਤੇ ਦੂਜੀ ਸਾਈਡ ਤੇ ਪਤਾ ਕੀ ਹੋ ਰਿਹਾ ਵੀਡੀਓ ਕਾਲ ਤੇ ਮੁੰਡਾ ਜਾਂ ਕੁੜੀ ਬੈਠੇ ਨੇ ਬਸ ਆਪਸ ਵਿੱਚ ਵਿਆਹ ਐਵੇਂ ਹੋ ਰਹੇ ਨੇ ਕਿਉਂਕਿ ਮੁੰਡਾ ਬਾਹਰ ਹੈ ਜਾਂ ਕੁੜੀ ਬਾਹਰ ਹੈ ਵਾਹ ਮੇਰੇ ਸਰਕਾਰ ਕਿੱਵਾਂ ਬਾਤ ਹੈ ਇੱਕ ਨੇ ਪੁੱਛਿਆ ਕਹਿੰਦਾ ਪੰਜਾਬ ਕੀ ਹੈ ਕਹਿੰਦਾ ਪੰਜਾਬ ਕੈਨੇਡਾ ਨੂੰ ਬੰਦੇ ਸਪਲਾਈ ਕਰਦੇ ਹੈ ਇਹ ਸਭ ਤੋਂ ਜ਼ਿਆਦਾ ਬੰਦੇ ਕੈਨੇਡਾ ਚ ਪੰਜਾਬ ਤੋਂ ਜਾਂਦੇ ਆ ਚਲੋ ਆਪਾਂ ਹੁਣ ਇਹਨੂੰ ਐਕਸਪਲੇਨ ਕਰਦੇ ਆ ਵੀ ਮੈਂ ਕਹਿਣਾ ਕੀ ਚਾਹਨਾ ਰਹਿਣਾ ਕਿੱਥੇ ਹੈ ਚਲੋ ਆ ਜੋ ਆਪਾਂ ਐਕਸਪਲੇਨ ਕਰੀਏ ਕਿ ਇੰਡਸਟਰੀ ਨੂੰ ਕਿਵੇਂ ਘਟਾ ਪਊਗਾ ਤੇ ਲੋਕਾਂ ਦੀ ਜਿਹੜੀ ਫੇਸ ਟੂ ਫੇਸ ਵੈਲਿਊ ਹੈ ਮੈਂ ਉਹਦੇ ਬਾਰੇ ਕੀ ਗੱਲ ਕਰਦਾ ਕਨੈਕਟ ਇਹ ਜਿਹੜਾ ਲੈਸਨ ਹੈ ਨਾ ਐਲ ਈ ਡਬਲ ਐਸ ਈ ਐਨ ਹੁੰਦੇ ਨਾ ਮਤਲਬ ਘਟਾਉਣਾ ਹੁੰਦਾ ਠੀਕ ਹੈ ਇਹ ਹੋ ਗਿਆ ਪਹਿਲਾ ਪੁਆਇੰਟ ਡਿਸਐਡਵਾਂਟੇਜ ਹੁਣ ਆਪਾਂ ਇਹਨੂੰ ਕਰਦੇ ਆ ਐਕਸਪਲੇਨ ਦੂਜਾ ਟੂ ਐਕਸਪਲੀਕੇਟ ਇਟ ਇੰਡੀਵਿਜੂਅਲਸ ਵਿਲ ਪ੍ਰਿਫਰ ਟੂ ਸਟੇ ਐਟ ਹੋਮ ਜਿਹੜੇ ਲੋਕ ਨੇ ਘਰੇ ਰਹਿਣਾ ਪਸੰਦ ਕਰਨਗੇ ਡਿਊ ਟੂ ਟੈਕਨੋਲੋਜੀ ਟੈਕਨੋਲੋਜੀ ਦੇ ਕਰਕੇ ਇਟ ਲੀਡਸ ਟੂ ਸਾਈਕੋਲੋਜੀਕਲ ਪ੍ਰੋਬਲਮਸ ਬਾਏ ਦਿਸ ਇੰਡਸਟਰੀਜ਼ ਵਿਲ ਹੈਵ ਟੂ ਫੇਸ ਹਾਰਡ ਟਾਈਮ ਬਿਕਾਜ਼ ਆਫ ਅ ਲੈਸਰ ਕਸਟਮਰਸ ਸਭ ਤੋਂ ਵੱਡੀ ਪ੍ਰੋਬਲਮ ਕੀ ਹੋਊਗੀ ਫੇਸ ਟੂ ਫੇਸ ਵੈਲਿਊ ਖਤਮ ਹੋ ਗਈ ਟੈਕਨੋਲੋਜੀ ਕਰਕੇ ਲੋਕਾਂ ਨੂੰ ਸਾਈਕੋਲੋਜੀਕਲ ਪ੍ਰੋਬਲਮ ਹੋਣਗੇ ਲੋਕਾਂ ਕੋ ਬੌਲੇ ਹੋ ਜਾਣਗੇ ਮੰਨ ਲਿਓ ਇਹ ਗੱਲ ਕਿਉਂਕਿ ਜਦੋਂ ਤੱਕ ਕਿਸੇ ਨੂੰ ਮਿਲਦੇ ਨਹੀਂ ਯਾਰ ਗੱਲਬਾਤ ਨਹੀਂ ਕਰਦੇ ਉਹ ਤੱਕ ਪਤਾ ਹੀ ਨਹੀਂ ਹੈਗਾ ਨਾ ਬੰਦਾ ਕਿਵੇਂ ਦੇਗਾ ਤੇ ਦੂਜੀ ਗੱਲ ਇੰਡਸਟਰੀਜ਼ ਨੂੰ ਵੀ ਹਾਰਡ ਟਾਈਮ ਦੇਖਣਾ ਪਊਗਾ ਹਾਰਡ ਟਾਈਮ ਸਮਝ ਰਹੇ ਹੋ ਇੰਡਸਟਰੀਜ਼ ਦਾ ਕਿਉਂਕਿ ਹੁਣ ਤਾਂ ਲੋਕ ਬਾਜ਼ਾਰ ਚ ਜਾਂਦੇ ਨੇ ਪ੍ਰੋਡਕਟ ਪਤਾ ਲੱਗੇ ਇਹਨੇ ਖਰੀਦ ਲੈਂਦੇ ਨੇ ਫਿਰ ਜੇ ਉਹਨਾਂ ਨੂੰ ਪ੍ਰੋਡਕਟ ਲੋਕ ਬਾਜ਼ਾਰ ਚ ਖਰੀਦਣੇ ਨਹੀਂ ਜਾਣਗੇ ਤਾਂ ਇੰਡਸਟਰੀਜ਼ ਨੂੰ ਵੀ ਬਹੁਤ ਵੱਡੇ ਲੈਵਲ ਦਾ ਘਟਾ ਪਏਗਾ ਹਾਂ ਇੱਕ ਸਭ ਇੰਡਸਟਰੀ ਖਤਮ ਹੋ ਜਾਈਏ ਹੈ ਹਾਂ ਬਿਲਕੁਲ ਵੈਰੀ ਗੁੱਡ ਦੇਖ ਮੇਕਅਪ ਦੀ ਇੰਡਸਟਰੀ ਦਾ ਆ ਮੈਂ ਕਹਿੰਦਾ ਲਿਪਸਟਿਕ ਨੇ ਖਤਮ ਹੀ ਕਰਤਾ ਸੀ ਜਾਂ ਮਾਸਕ ਨੇ ਲਿਪਸਟਿਕ ਨੂੰ ਤਾਂ ਅੱਜ ਕੱਲ ਬਾਇਗੌਡ ਮੈਂ ਇਹ ਵੀ ਦੇਖਿਆ ਮਾਸਕ ਤਾਂ ਹੁੰਦੇ ਨੇ ਇਹ ਲਾ ਕੇ ਬਸ ਆ ਲਿਪਸ ਲਿਪਸਟਿਕ ਹੁੰਦੇ ਨੇ ਵੀ ਲਿਪਸਟਿਕ ਲਾਉਣ ਵਾਲੇ ਉਹ ਉਹ ਤੇ ਟਰਾਂਸਪੇਰੈਂਟ ਕੀਤਾ ਹੁੰਦਾ ਹੋਏਗਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਧੀਰ ਉਹ ਇਹ ਵੀ ਆਏਗੀ ਹਨਾ ਆਪਾਂ ਇੱਕ ਚੀਜ਼ ਹੋਰ ਕਰਦੇ ਆ ਇੱਕ ਸੈਕਿੰਡ ਦਿਓ ਮੈਨੂੰ ਪੈਨ ਮੈਨੂ ਟਾਸਕ ਵੀ ਇਹ ਸਿਸਟਮ ਚਲੋ ਆਪਾਂ ਇਹਨੂੰ ਕਰਦੇ ਆਗੇ ਇਹਦੀ ਐਗਜ਼ਾਮਪਲ ਦਿੰਨੇ ਆ ਜਿਹੜੇ ਡਿਸਐਡਵਾਂਟੇਜ ਨਾਲ ਜੁੜੀ ਹੋਈ ਵੀ ਕਿਸੇ ਘਾਟਾ ਘੁੱਟਾ ਪਿਆ ਹੋਵੇ ਕਿਸੇ ਨਾ ਚੀਜ਼ ਦਾ ਐਗਜ਼ਾਮਪਲ ਦੇ ਲਈ ਆਪਣੇ ਫੋਰ ਇਨਸਟੈਂਸ ਲਿਖਿਆ ਫੋਰ ਕਿਉਂਕਿ ਪਹਿਲਾਂ ਫੋਰ ਐਗਜ਼ਾਮਪਲ ਲਿਖਦਾ ਸੀ ਠੀਕ ਹੈ ਅ ਹੈਡਲਾਈਨ ਆਫ ਦ ਮੋਸਕੋ ਟਾਈਮਸ ਇੱਕ ਹੈਡਲਾਈਨ ਹੈ ਮੋਸਕੋ ਟਾਈਮ ਦੀ ਰਿਵੀਲਡ ਥੈਟ ਇਨ 2015 15 ਦੇ ਵਿੱਚ ਯੂ ਐਸ ਏ ਦੇ 67% ਪੀਪਲ ਪ੍ਰੇਫਰ ਟੂ ਸਟੇ ਐਟ ਹੋਮ 60% ਲੋਕ ਅਮਰੀਕਾ ਦੇ ਕਹਿੰਦੇ ਅਸੀਂ ਘਰੇ ਰਹਾਂਗੇ ਬਿਕਾਜ਼ ਆਫ ਥਿਸ ਇੰਡਸਟਰੀਜ਼ ਹੈਵ ਟੂ ਫੇਸ ਡਿਫਿਕਲਟੀਜ਼ ਵਾਈਲ ਟਰੈਵਲਿੰਗ ਐਂਥੇਸਿਵਲੀ ਟੂ ਰੀਚ देयर ਕੰਜ਼ਿਊਮਰਸ ਆ ਫਿਰ ਕੀ ਹੋ ਗਿਆ ਇੰਡਸਟਰੀ ਦੇ ਲਈ ਸਭ ਤੋਂ ਵੱਡਾ ਘਾਟਾ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਨੇ ਤਾਂ ਘਰੇ ਰਹਿਣਾ ਸ਼ੁਰੂ ਕਰਤਾ ਹੁਣ ਫਿਰ ਉਹਨਾਂ ਨੇ ਆਪਣੇ ਪ੍ਰੋਡਕਟ ਨੂੰ ਲੋਕਾਂ ਦੇ ਘਰਾਂ ਘਰਾਂ ਤੱਕ ਪਹੁੰਚਾਉਣਾ ਵੀ ਸ਼ੁਰੂ ਕਰਤਾ ਇਹ ਗੱਲ ਮੰਨਦੇ ਹੋ ਐਡਵਰਟਾਈਜ਼ਮੈਂਟ ਦਾ ਚਾਹੇ ਤੁਹਾਡਾ ਕਦ ਵੱਡਾ ਹੋਇਆ ਨਾ ਹੋਇਆ ਪਰ ਤੁਹਾਡੇ ਘਰੇ ਕੰਪਲੇਨ ਦਾ ਡੱਬਾ ਆਇਆ ਹੋਊਗਾ ਛੇ ਕੰਪਲੇਨ ਆਇਆ ਹੋਵੇ ਜਾਂ ਹਾਰਲਿਕਸ ਆਇਆ ਹੋਵੇ ਜਾਂ ਬੋਰਨ ਵਿਟਾ ਇਹਨਾਂ ਤਿੰਨਾਂ ਚੋਂ ਆਪਣੇ ਘਰੇ ਇੱਕ ਦਾ ਡੱਬਾ ਤੇ ਅੱਜਕੱਲ ਮम्मी ਉਹਦੇ ਚ ਅੰਬ ਦਾ achar ਜਾਂ ਮਿਰਚਾਂ ਦਾ achar ਪਾਉਂਦੀ ਹੈ ਜ਼ਿੰਦਗੀ ਚ ਬਸ ਬਾਬਾ ਜੀ ਇੰਨੀ ਇੱਕ ਗੱਲ ਯਾਦ ਰੱਖਿਓ ਕਦੇ ਆਮ ਨਾ ਬਣੀਓ ਖਾਸ ਬਣ ਕੇ ਰਹਿਣਾ ਕਦੇ ਆਮ ਨਾ ਬਣੀਓ ਜੇ ਆਮ ਬਣ ਕੇ ਤਾਂ ਲੋਕ ਅਚਾਰ ਪਾਲਾਂਦੇ ਨੇ ਸਭ ਤੋਂ ਵੱਡੀ ਗੱਲ ਹੈ ਹਾਂ ਤਾਂ ਆਪਣੇ ਆਮ ਨਹੀਂ ਬੰਨਾ ਆਪਾਂ ਤਾਂ ਬੜੇ ਖਾਸ ਆਪਾਂ ਕਿਤੇ ਕੋਈ ਆਪਣਾ ਚਾਰੇ ਪਾਦੇ ਹੈ ਇਧਰ ਰਿਜ਼ਲਟ ਕੀ ਨਿਕਲਿਆ ਚੌਥੇ ਨੰਬਰ ਤੇ ਐਜ਼ ਅ ਰਿਜ਼ਲਟ ਇਧਰ ਰਿਜ਼ਲਟ ਕੀ ਹੈ ਟੈਕਨੋਲੋਜੀ will create money problems regarding health along with industries ਨਾਲ ਕੀ ਹੋਗਾ ਜਿਹੜੀ ਟੈਕਨੋਲੋਜੀ ਹੈ ਨਾ ਉਹ ਮਨੀ ਪ੍ਰੋਬਲਮਸ ਆਉਣਗੇ ਆਉਣਗੇ ਕਿਉਂਕਿ ਇਹ ਨਾਲ ਹੈਲਥ ਦੇ ਵੀ ਇਸ਼ੂ ਹੋਣਗੇ ਇੰਡਸਟਰੀਜ਼ ਕੋਲੇ ਪੈਸਾ ਨਹੀਂ ਜਾਣਾ ਲੋਕ ਘਰੇ ਬੈਠੇ ਬੈਠੇ ਆਪਣੇ ਦਿਮਾਗ ਤੋਂ ਬੋਲੇ ਹੋ ਜਾਣਗੇ ਫਾਇਦਾ ਦੱਸਦਾ ਇੱਕ ਪੈਰੇ ਚ ਨੁਕਸਾਨ ਦੱਸਦਾ ਇੱਕ ਪੈਰੇ ਚ ਰਾਈਟਿੰਗ ਟਾਸਕ ਟੂ ਕੋਈ ਮਰਜੀ ਟਾਈਪ ਆ ਜੇ ਤੁਹਾਨੂੰ ਚਾਰ ਦੀਆਂ ਚਾਰ ਗੱਲਾਂ ਹੋਣੀਆਂ ਚਾਹੀਦੀਆਂ ਨੇ ਮੇਨ ਪੁਆਇੰਟ ਟੂ ਕਮੈਂਸ ਵਿਦ ਟੂ ਐਕਸਪਲੇਨ ਇਟ ਉਹਨੂੰ ਐਕਸਪਲੇਨ ਕਰਤਾ ਫੋਰ ਐਗਜ਼ਾਮਪਲ ਦਿੱਤਾ ਤੇ ਉਹਦਾ ਦਸ ਕਹਿ ਕੇ ਰਿਜ਼ਲਟ ਕੱਢਦਾ ਵਿੱਚੋਂ ਜੋ ਮਰਜੀ ਮਸਾਲਾ ਪਰ ਦੋ ਬਸ ਗੱਲਾਂ ਇਹ ਚਾਰੇ ਸਟੈਪ ਬਾਈ ਸਟੈਪ ਹੋਣੀਆਂ ਚਾਹੀਦੀਆਂ ਨੇ ਤੇ ਇਹਦਾ ਕਨਕਲੂਜਨ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ BP1 ਤੇ BP2 ਆਡ ਆਡ ਹੋਣਗੇ ਤਾਂ ਆਲਦੋ ਤੇ ਯੈਟ ਕੱਲ ਦੱਸਿਆ ਸੀ ਮੈਨੇ ਨਾ ਕਿਉਂਕਿ ਇਹਦਾ BP1 ਹੋਰ ਸੀ BP2 ਹੋਰ ਸੀ મેક યુઝ ਕੀਤਾ ઇન ટુ કન્ક્લુડ ஆல்થો ஆல்થો લખે બીપી1 बिकॉज ઓફ ટેકનિકલ ગેજેટ્સ બોથ યંગ એન્ડ એલ્ડર પીપલ કેન વર્ક ફોર ફ્લેક્સિબલ અવર્સ કેંદા જે ટેકનોલોજી ਦੇ ગેજેટ બહોત વદિયા હો જનગે લોક ફ્લેક્સિબલ અવર્સ ન કરે બેકે એન્જોય કરنگે કામ કરنگે ஆல்થો લખકે મે બીપી1 લખતા યેટ હુન બીપી2 યેટ it will also affect health of people and income of companies ਇਹਦੇ ਨਾਲ ਕੀ ਹੋਗਾ ਲੋਕਾਂ ਦੀ ਹੈਲਥ ਤੇ ਤੇ ਕੰਪਨੀ ਤੇ ਪੈਸੇ ਤੇ ਬਹੁਤ ਪ੍ਰਭਾਵ ਪਏਗਾ ਹੀ ਪਏਗਾ ਦੈਟਸ ਇਟ ਇੰਟਰੋਡਕਸ਼ਨ ਬੋਡੀ 1 ਬੋਡੀ 2 ਕਨਕਲੂਜਨ ਇਸ ਤੋਂ ਤਰੀਕੇ ਨਾਲ ਰਾਈਟਿੰਗ ਹੋਰ ਕਦੇ ਵੀ ਨਹੀਂ ਹੋ ਸਕਦੀ ਬਸ ਗੱਲਾਂ ਯਾਦ ਰੱਖਿਓ ਚਾਰ ਪੈਰੇ ਬਣੇ ਸੀ ਇੰਟਰੋਡਕਸ਼ਨ ਰੀਫਰੇਜ਼ ਅਤੇ ਥੀਸਿਸ ਨਾਲ ਹੋਇਆ ਸੀ ਬਾਡੀ 1 ਬਾਡੀ 2 ਚ ਚਾਰ ਚਾਰ ਗੱਲਾਂ مین ਪੁਆਇੰਟ ਐਕਸਪਲੇਨ ਐਗਜ਼ਾਮਪਲ ਤੇ ਰਿਜ਼ਲਟ ਉਵੇਂ ਬਾਡੀ 2 ਚ ਕੋਈ ਕਨੈਕਟਰ ਆਪਸ ਵਿੱਚ ਮੈਚ ਨਹੀਂ ਕਰਨਾ ਚਾਹੀਦਾ ਕਨਕਲੂਜਨ ਚ ਆਲਦੋ ਬੀਪੀ 1 ਯੈਟ ਲਿਖ ਕੇ ਬੀਪੀ 2 ਕੰਪਲੀਟ ਰਾਈਟਿੰਗ ਐ 6 ਜੋ ਭਾਵੇਂ 6 ਆ ਜਾਣ ਥੈਂਕ ਯੂ ਸੋ ਮੱਚ ਲਵ ਯੂ ਬਣੇ ਰਹੋ ਰਮਨ ਅਕੈਡਮੀ ਦੇ ਨਾਲ ਥੈਂਕ ਯੂ ਰਮਨ ਆਲਸ